ਹੈਲੋ, ਸਵਾਗਤ ਕੀਤਾ ਜਾਂਦਾ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ ਹਾਈ ਫਾਈ ਇਗਜ਼ਾਮ ਸਟੱਡੀ 'ਤੇ। ਜਿਵੇਂ ਕਿ ਪਿਛਲੀ ਵੀਡੀਓ ਵਿੱਚ ਆਪਾਂ ਸਿਵਿਕਸ ਦੇ ਟੋਪਿਕ ਪੰਚਾਇਤੀ ਰਾਜ ਨਾਲ ਸੰਬੰਧਿਤ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਦੇਖੇ ਸਨ, ਉਸੇ ਤਰ੍ਹਾਂ ਆਪਾਂ ਇਸ ਵੀਡੀਓ ਵਿੱਚ ਪੰਚਾਇਤੀ ਰਾਜ ਨਾਲ ਸੰਬੰਧਿਤ ਹੋਰ ਮਹੱਤਵਪੂਰਨ ਪ੍ਰਸ਼ਨ ਦੇਖਾਂਗੇ, ਜਿਨ੍ਹਾਂ ਦੇ ਤੁਹਾਡੇ ਪੇਪਰ ਵਿੱਚ ਆਉਣ ਦੀ ਪੂਰੀ ਉਮੀਦ ਹੈ। ਜੇਕਰ ਕਿਸੇ ਨੇ ਪੰਚਾਇਤੀ ਰਾਜ ਨਾਲ ਸੰਬੰਧਿਤ ਪ੍ਰਸ਼ਨਾਂ ਦਾ ਫਸਟ ਪਾਰਟ ਨਹੀਂ ਦੇਖਿਆ ਤਾਂ ਉਹ ਹਾਈ ਫਾਈ ਇਗਜ਼ਾਮ ਸਟੱਡੀ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦਾ ਹੈ। ਚਲੋ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਵੀਡੀਓ। ਕੁਸ਼ਚਨ ਨੰਬਰ 28, 77 ਪੰਚਾਇਤ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਕਿਸ ਨੂੰ ਦਿੰਦਾ ਹੈ ਊੜਾ? 77 ਪੰਚਾਇਤ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਬਲਾਕ ਪੰਚਾਇਤ ਅਫਸਰ ਨੂੰ ਦਿੰਦਾ ਹੈ। ਕੁਸ਼ਚਨ ਨੰਬਰ 29, ਜ਼ਿਲ੍ਹੇ ਦੇ ਪੇਂਡੂ ਸ਼ਾਸਨ ਪ੍ਰਬੰਧ ਨੂੰ ਠੀਕ ਤਰ੍ਹਾਂ ਚਲਾਉਣ ਲਈ ਕਿਸ ਵਿੱਚ ਵੰਡਿਆ ਜਾਂਦਾ ਹੈ? ਆੜਾ, ਜ਼ਿਲ੍ਹੇ ਦੇ ਪੇਂਡੂ ਸ਼ਾਸਨ ਪ੍ਰਬੰਧ ਨੂੰ ਠੀਕ ਤਰ੍ਹਾਂ ਚਲਾਉਣ ਦੇ ਲਈ ਬਲਾਕ ਵਿੱਚ ਵੰਡਿਆ ਜਾਂਦਾ ਹੈ। ਕੁਸ਼ਚਨ ਨੰਬਰ 13, ਬਲਾਕ ਦੇ ਪ੍ਰਬੰਧ ਲਈ ਕਿਹੜੀ ਸੰਮਤੀ ਬਣਾਈ ਜਾਂਦੀ ਹੈ? ਈਡੀ, ਬਲਾਕ ਦੇ ਪ੍ਰਬੰਧ ਦੇ ਲਈ ਬਲਾਕ ਸੰਮਤੀ ਬਣਾਈ ਜਾਂਦੀ ਹੈ। ਕੁਸ਼ਚਨ ਨੰਬਰ 31, ਬਲਾਕ ਸੰਮਤੀ ਦੀਆਂ ਕਿੰਨੀਆਂ ਪੰਚਾਇਤਾਂ ਨੂੰ ਮਿਲਾ ਕੇ ਬਣਦੀ ਹੈ? ਊੜਾ, ਬਲਾਕ ਸੰਮਤੀ 100 ਪੰਚਾਇਤਾਂ ਨੂੰ ਮਿਲਾ ਕੇ ਬਣਦੀ ਹੈ, ਇਸ ਲਈ ਇਸ ਨੂੰ ਪੰਚਾਇਤ ਸੰਮਤੀ ਵੀ ਕਿਹਾ ਜਾਂਦਾ ਹੈ। ਕੁਸ਼ਚਨ ਨੰਬਰ 32, ਬਲਾਕ ਸੰਮਤੀ ਦੀ ਚੋਣ ਲੜਨ ਲਈ ਕਿੰਨੀ ਉਮਰ ਚਾਹੀਦੀ ਹੈ? ਈਡੀ, ਬਲਾਕ ਸੰਮਤੀ ਦੀ ਚੋਣ ਲੜਨ ਦੇ ਲਈ 21 ਸਾਲ ਉਮਰ ਹੋਣੀ ਚਾਹੀਦੀ ਹੈ। ਕੁਸ਼ਚਨ ਨੰਬਰ 33, ਬਲਾਕ ਸੰਮਤੀ ਲਈ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ? ਆੜਾ, ਬਲਾਕ ਸੰਮਤੀ ਲਈ ਘੱਟ ਤੋਂ ਘੱਟ 15 ਅਤੇ ਵੱਧ ਤੋਂ ਵੱਧ 25 ਮੈਂਬਰ ਹੋ ਸਕਦੇ ਹਨ। ਕੁਸ਼ਚਨ ਨੰਬਰ 34, ਪੰਜਾਬ ਵਿੱਚ ਕੁੱਲ ਕਿੰਨੀਆਂ ਬਲਾਕ ਸੰਮਤੀਆਂ ਹਨ? ਊੜਾ, ਪੰਜਾਬ ਵਿੱਚ ਕੁੱਲ 150 ਬਲਾਕ ਸੰਮਤੀਆਂ ਹਨ। ਕੁਸ਼ਚਨ ਨੰਬਰ 35, ਬਲਾਕ ਸੰਮਤੀ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲ ਲਈ ਕੀਤੀ ਜਾਂਦੀ ਹੈ? ਊੜਾ, ਬਲਾਕ ਸੰਮਤੀ ਦੇ ਮੈਂਬਰਾਂ ਦੀ ਚੋਣ 5 ਸਾਲਾਂ ਲਈ ਕੀਤੀ ਜਾਂਦੀ ਹੈ। ਕੁਸ਼ਚਨ ਨੰਬਰ 36, ਬਲਾਕ ਸੰਮਤੀ ਦੇ ਮੈਂਬਰ ਆਪਣੇ ਵਿੱਚੋਂ ਕਿਸ ਦੀ ਚੋਣ ਕਰਦੇ ਹਨ? ਊੜਾ, ਬਲਾਕ ਸੰਮਤੀ ਦੇ ਮੈਂਬਰ ਆਪਣੇ ਹੀ ਮੈਂਬਰਾਂ ਵਿੱਚੋਂ ਸਭਾਪਤੀ ਅਤੇ ਉਪ ਸਭਾਪਤੀ ਦੀ ਚੋਣ ਕਰਦੇ ਹਨ। ਕੁਸ਼ਚਨ ਨੰਬਰ 37, ਬਲਾਕ ਸੰਮਤੀ ਦੀ ਮਹੀਨੇ ਵਿੱਚ ਕਿੰਨੇ ਵਾਰ ਮੀਟਿੰਗ ਹੁੰਦੀ ਹੈ? ਈਡੀ, ਬਲਾਕ ਸੰਮਤੀ ਦੀ ਮਹੀਨੇ ਵਿੱਚ ਇੱਕ ਵਾਰ ਮੀਟਿੰਗ ਜਾਂ ਬੈਠਕ ਦਾ ਹੋਣਾ ਬਹੁਤ ਜ਼ਰੂਰੀ ਹੈ। ਕੁਸ਼ਚਨ ਨੰਬਰ 38, ਪੰਚਾਇਤੀ ਰਾਜ ਦੀ ਸਭ ਤੋਂ ਉੱਪਰਲੀ ਸਿਖਰ ਕਿਹੜੀ ਹੈ? ਊੜਾ, ਪੰਚਾਇਤੀ ਰਾਜ ਦੀ ਸਭ ਤੋਂ ਉੱਪਰਲੀ ਸਿਖਰ ਜ਼ਿਲ੍ਹਾ ਪਰਿਸ਼ਦ ਹੈ। ਕੁਸ਼ਚਨ ਨੰਬਰ 39, ਜ਼ਿਲ੍ਹੇ ਦੀਆਂ ਸਥਾਨਕ ਸੰਸਥਾਵਾਂ ਅਤੇ ਰਾਜ ਸਰਕਾਰ ਵਿੱਚ ਕੜੀ ਦਾ ਕੰਮ ਕੌਣ ਕਰਦਾ ਹੈ? ਈਡੀ, ਜ਼ਿਲ੍ਹਾ ਪਰਿਸ਼ਦ ਜ਼ਿਲ੍ਹੇ ਦੀਆਂ ਸਥਾਨਕ ਸੰਸਥਾਵਾਂ ਅਤੇ ਰਾਜ ਸਰਕਾਰ ਵਿੱਚ ਕੜੀ ਦਾ ਕੰਮ ਕਰਦੀ ਹੈ। ਕੁਸ਼ਚਨ ਨੰਬਰ 14, ਪੰਜਾਬ ਵਿੱਚ ਕੁੱਲ ਕਿੰਨੀਆਂ ਪਰਿਸ਼ਦਾਂ ਹਨ? ਊੜਾ, ਪੰਜਾਬ ਵਿੱਚ ਕੁੱਲ 22 ਜ਼ਿਲ੍ਹਾ ਪਰਿਸ਼ਦਾਂ ਹਨ। ਹਰ ਜ਼ਿਲ੍ਹੇ ਵਿੱਚ ਇੱਕ ਪਰਿਸ਼ਦ ਹੁੰਦੀ ਹੈ ਅਤੇ ਪੰਜਾਬ ਵਿੱਚ 22 ਜ਼ਿਲ੍ਹੇ ਹਨ, ਇਸੇ ਲਈ ਪੰਜਾਬ ਵਿੱਚ ਕੁੱਲ 22 ਜ਼ਿਲ੍ਹਾ ਪਰਿਸ਼ਦਾਂ ਹਨ। ਕੁਸ਼ਚਨ ਨੰਬਰ 41, ਜ਼ਿਲ੍ਹਾ ਪਰਿਸ਼ਦ ਦੇ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੋ ਸਕਦੇ ਹਨ? ਊੜਾ, ਜ਼ਿਲ੍ਹਾ ਪਰਿਸ਼ਦ ਦੇ ਘੱਟ ਤੋਂ ਘੱਟ 10 ਅਤੇ ਵੱਧ ਤੋਂ ਵੱਧ 25 ਮੈਂਬਰ ਹੋ ਸਕਦੇ ਹਨ। ਕੁਸ਼ਚਨ ਨੰਬਰ 42, ਜ਼ਿਲ੍ਹਾ ਪਰਿਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਆੜਾ, ਜ਼ਿਲ੍ਹਾ ਪਰਿਸ਼ਦ ਦਾ ਕਾਰਜਕਾਲ 5 ਸਾਲ ਹੁੰਦਾ ਹੈ। ਕੁਸ਼ਚਨ ਨੰਬਰ 43, ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਹੈ? ਊੜਾ, ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਨ ਲਈ 21 ਸਾਲ ਉਮਰ ਹੋਣੀ ਚਾਹੀਦੀ ਹੈ। ਕੁਸ਼ਚਨ ਨੰਬਰ 44, ਪੰਚਾਂ ਦੀ ਚੋਣ ਕਿਸ ਆਧਾਰ 'ਤੇ ਕੀਤੀ ਜਾਂਦੀ ਹੈ? ਆੜਾ, ਵਾਰਡਬੰਦੀ। ਪੰਚਾਂ ਦੀ ਚੋਣ 3 ਜੁਲਾਈ 2013 ਵਿੱਚ ਵਾਰਡਬੰਦੀ ਦੇ ਅਨੁਸਾਰ ਕੀਤੀ ਜਾਣ ਲੱਗੀ। ਕੁਸ਼ਚਨ ਨੰਬਰ 45, ਪੰਚਾਇਤੀ ਰਾਜ ਨਾਲ ਕਿਹੜੀ ਅਨੁਸੂਚੀ ਜੁੜੀ ਹੋਈ ਹੈ? ਆੜਾ, ਪੰਚਾਇਤੀ ਰਾਜ ਨਾਲ 11ਵੀਂ ਅਨੁਸੂਚੀ ਜੁੜੀ ਹੋਈ ਹੈ। ਕੁਸ਼ਚਨ ਨੰਬਰ 46, ਪੰਚਾਇਤੀ ਰਾਜ ਕਿਹੜੀ ਸੋਧ ਰਾਹੀਂ ਸ਼ਾਮਿਲ ਕੀਤਾ ਗਿਆ? ਆੜਾ, ਪੰਚਾਇਤੀ ਰਾਜ 73ਵੀਂ ਸੋਧ ਰਾਹੀਂ ਸ਼ਾਮਿਲ ਕੀਤਾ ਗਿਆ। ਕੁਸ਼ਚਨ ਨੰਬਰ 47, ਪੰਚਾਇਤੀ ਰਾਜ ਕਿਹੜੇ ਸਾਲ ਸੰਵਿਧਾਨ ਵਿੱਚ ਦਰਜ ਕੀਤਾ ਗਿਆ? ਊੜਾ, 1993 ਵਿੱਚ ਪੰਚਾਇਤੀ ਰਾਜ ਨੂੰ ਸੰਵਿਧਾਨ ਵਿੱਚ ਦਰਜ ਕਰ ਲਿਆ ਗਿਆ, ਇਸ ਨਾਲ ਪੰਚਾਇਤਾਂ ਨੂੰ ਸੰਵਿਧਾਨਿਕ ਦਰਜਾ ਮਿਲ ਗਿਆ। ਕੁਸ਼ਚਨ ਨੰਬਰ 48, ਪੰਜਾਬ ਵਿੱਚ ਪੰਚਾਇਤੀ ਰਾਜ ਕਦੋਂ ਲਾਗੂ ਹੋਇਆ? ਆੜਾ, ਪੰਜਾਬ ਵਿੱਚ ਪੰਚਾਇਤੀ ਰਾਜ ਪਹਿਲੀ ਵਾਰ 1994 ਵਿੱਚ ਲਾਗੂ ਹੋਇਆ। ਕੁਸ਼ਚਨ ਨੰਬਰ 48, ਪੰਜਾਬ ਵਿੱਚ ਪੰਚਾਇਤੀ ਰਾਜ ਕਦੋਂ ਲਾਗੂ ਹੋਇਆ? ਆੜਾ, ਪੰਜਾਬ ਵਿੱਚ ਪਹਿਲੀ ਵਾਰ ਪੰਚਾਇਤੀ ਰਾਜ 1994 ਵਿੱਚ ਲਾਗੂ ਹੋਇਆ ਸੀ। ਕੁਸ਼ਚਨ ਨੰਬਰ 49, ਬਲਵੰਤ ਰਾਏ ਕਮੇਟੀ ਕਿਸ ਨਾਲ ਜੁੜੀ ਹੋਈ ਹੈ? ਸੱਸਾ, ਬਲਵੰਤ ਰਾਏ ਕਮੇਟੀ ਪੰਚਾਇਤਾਂ ਨਾਲ ਜੁੜੀ ਹੋਈ ਹੈ। ਕੁਸ਼ਚਨ ਨੰਬਰ 50, ਮੂਲ ਸੰਵਿਧਾਨ ਵਿੱਚ ਪੰਚਾਇਤਾਂ ਦਾ ਜ਼ਿਕਰ ਕਿਸ ਅਨੁਛੇਦ ਵਿੱਚ ਹੈ? ਈਡੀ, ਮੂਲ ਸੰਵਿਧਾਨ ਵਿੱਚ ਪੰਚਾਇਤਾਂ ਦਾ ਜ਼ਿਕਰ 40 ਵਿੱਚ ਹੈ। ਕੁਸ਼ਚਨ ਨੰਬਰ 51, ਪੰਚਾਇਤੀ ਰਾਜ ਨਾਲ ਸੰਬੰਧਿਤ ਅਨੁਛੇਦ ਕਿਹੜਾ ਹੈ? ਊੜਾ, 243ਵਾਂ ਅਨੁਛੇਦ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ। ਹਾਂਜੀ, ਇਸ ਤਰ੍ਹਾਂ ਇਸ ਵੀਡੀਓ ਵਿੱਚ ਆਪਾਂ ਪੰਚਾਇਤੀ ਰਾਜ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਦੇਖੇ। ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਤੁਸੀਂ ਸਾਡਾ ਯੂਟਿਊਬ ਚੈਨਲ ਨੂੰ ਫੋਲੋ ਕਰੋ, ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਤੁਸੀਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ।